ਹੈਗੀ ਤਾਂ ਐਡੀ ਛੋਟੀਆਂ ਬਟ ਸਕਰੀਨ ਤੇ ਜਦ ਦੇਖਦੀ ਹਾਂ ਤਾਂ ਐਂ ਲੱਗਦਾ ਕਿ ਮੈਂ ਬਹੁਤ ਜ਼ਿਆਦਾ ਵੱਡੀ ਹਾਂ। ਭੰਗੜਾ ਪਾਉਣਾ ਸ਼ੁਰੂ ਕਰਤਾ ਸੀਗਾ, ਸਾਰਾ ਕੁਝ ਸ਼ੁਰੂ ਕਰਤਾ ਸੀਗਾ, ਇਸ ਕਰਕੇ ਮੈਨੂੰ ਬਹੁਤ ਪਸੰਦ ਹੈ ਅਤੇ ਹੁਣ ਮੈਂ ਬੋਡੀ ਹੋ ਕੇ ਵੀ ਆਹੀ ਕਰੂੰਗੀ। ਰਿਕਾਰਡਿੰਗ ਕਰਨ ਵੇਲੇ ਉਹਨਾਂ ਤੋਂ ਪੁੱਛਦੀ ਹਾਂ ਕਿ ਪਾਪਾ ਮੈਂ ਰਿਕਾਰਡ ਕਰ ਸਕਦੀ ਹਾਂ ਕਿ ਨਹੀਂ। ਲਓ ਜੀ, ਹੁਣ ਮੇਰੇ ਨਾਲ ਬਹੁਤ ਕਿਊਟ ਜੀ ਬੱਚੀ ਬੈਠੀ ਹੈ, ਤੁਸੀਂ ਸਾਰੇ ਉਹਨੂੰ ਜਾਣਦੇ ਹੋ, ਮੈਨੂੰ ਜ਼ਿਆਦਾ ਇੰਟਰੋਡਕਸ਼ਨ ਦੀ ਲੋੜ ਨਹੀਂ ਹੈ ਦੇਣ ਦੀ। ਮੇਰੇ ਨਾਲ ਹੈ ਕਿਸ਼ਤੁਕੇ। ਸਤਿ ਸ਼੍ਰੀ ਅਕਾਲ ਕਿਸ਼ਤੁਕੇ, ਕਿਵੇਂ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਕਿਸ਼ਤੁਕੇ, ਕਿਵੇਂ ਸਾਰੇ ਜਾਣੇ? ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ? ਅਸੀਂ ਵੀ ਠੀਕ ਹਾਂ। ਅੱਛਾ ਕਿਸ਼ਤੁਕੇ, ਜਿਹੜੀ ਰੀਲਸ ਵੀਡੀਓ ਤੁਹਾਡੀਆਂ ਬਹੁਤ ਪਸੰਦ ਕੀਤੀਆਂ ਜਾਂਦੀਆਂ, ਜਦ ਉਹ ਬਣਾਉਂਦੇ ਹੋ ਉਦੋਂ ਕੀ ਸੋਚਦੇ ਹੋ ਵੀਡੀਓਜ਼ ਬਣਾਉਣ? ਵੀਡੀਓਜ਼ ਬਣਾਉਣ ਵੇਲੇ ਜ਼ਿਆਦਾ ਤਾਂ ਸੋਚਣਾ ਨਹੀਂ ਪੈਂਦਾ, ਕਿਉਂਕਿ ਉਹ 'ਚ ਗਿੱਧਾ ਕਰਨਾ ਹੁੰਦਾ, ਗਿੱਧਾ ਮੈਂ ਕਰ ਲੈਂਦੀ ਹਾਂ, ਕਿਉਂਕਿ ਮੈਨੂੰ ਗਿੱਧਾ ਦਾ, ਸਿੰਗਿੰਗ ਦਾ, ਭੰਗੜਾ ਦਾ, ਪੰਜਾਬੀ ਸਾਰੀ ਚੀਜ਼ਾਂ ਦਾ ਬਹੁਤ ਸ਼ੌਂਕ ਹੈ। ਅੱਛਾ, ਇਹ ਸ਼ੌਂਕ ਕਿੱਥੋਂ ਆਇਆ? ਪਾਪਾ ਤੋਂ ਹੀ ਆਇਆ ਸ਼ੌਂਕ ਇਹ ਵਾਲਾ? ਨਹੀਂ, ਇਹ ਵਾਲਾ ਸ਼ੌਂਕ ਜਦ ਮੈਂ ਛੋਟੀ ਸੀਗੀ, 2-3 ਈਅਰਸ ਦੀ ਸੀਗੀ, ਤਦ ਮੈਨੇ ਸੌਂਗ ਗਾਉਣੇ ਸ਼ੁਰੂ ਕਰਤੇ ਸੀਗੇ, ਨੱਚਣਾ ਸ਼ੁਰੂ ਕਰਤਾ ਸੀਗਾ, ਗਿੱਧਾ ਪਾਉਣਾ ਸ਼ੁਰੂ ਕਰਤਾ ਸੀਗਾ, ਭੰਗੜਾ ਪਾਉਣਾ ਸ਼ੁਰੂ ਕਰਤਾ ਸੀਗਾ, ਸਾਰਾ ਕੁਝ ਸ਼ੁਰੂ ਕਰਤਾ ਸੀਗਾ, ਇਸ ਕਰਕੇ ਮੈਨੂੰ ਬਹੁਤ ਪਸੰਦ ਹੈ ਅਤੇ ਹੁਣ ਮੈਂ ਬੋਡੀ ਹੋ ਕੇ ਵੀ ਆਹੀ ਕਰੂੰਗੀ। ਅੱਛਾ, ਫਿਲਮਾਂ 'ਚ ਵੀ ਕੰਮ ਕਰਦੇ ਹੋ, ਜਦ ਆਪਣੇ ਆਪ ਨੂੰ ਵੱਡੇ ਸਕਰੀਨ 'ਤੇ ਦੇਖਦੇ ਹੋ ਉਦੋਂ ਕਿੱਦਾਂ ਦਾ ਲੱਗਦਾ? ਤੁਸੀਂ ਬਹੁਤ ਛੋਟੇ ਜਿਹੇ ਹੋ। ਤਦ ਮੈਨੂੰ ਐਂ ਲੱਗਦਾ ਕਿ ਮੈਂ ਹੈਗੀ ਤਾਂ ਐਡੀ ਛੋਟੀਆਂ ਬਟ ਸਕਰੀਨ 'ਤੇ ਜਦ ਦੇਖਦੀ ਹਾਂ ਤਾਂ ਐਂ ਲੱਗਦਾ ਕਿ ਮੈਂ ਬਹੁਤ ਜ਼ਿਆਦਾ ਵੱਡੀ ਹਾਂ। ਅੱਛਾ, ਤੁਹਾਡੇ ਪਾਪਾ ਹੈ ਨਾ, ਉਹ ਵੀ ਸਿੰਗਰ ਨੇ, ਉਹ ਵੀ ਉਹਨਾਂ ਤੋਂ ਕਿੰਨੇ ਕਿਹੜੀਆਂ ਚੀਜ਼ਾਂ ਬਾਰੇ ਉਹਨਾਂ ਨਾਲ ਫਿਰ ਗੱਲਾਂ ਕਰਦੇ? ਮੈਂ ਉਹਨਾਂ ਤੋਂ ਇਹ ਪੁੱਛਦੀ ਹਾਂ, ਜਿਵੇਂ ਕਿ ਕੋਈ ਸੌਂਗ ਆਉਂਦਾ ਜੇ ਹੈ ਨਾ, ਉਹਨਾਂ ਤੋਂ ਮੈਂ ਪੁੱਛਦੀ ਹਾਂ। ਰਿਕਾਰਡਿੰਗ ਕਰਨ ਵੇਲੇ ਉਹਨਾਂ ਤੋਂ ਪੁੱਛਦੀ ਹਾਂ ਕਿ ਪਾਪਾ ਮੈਂ ਇਹ ਰਿਕਾਰਡ ਕਰ ਸਕਦੀ ਹਾਂ ਕਿ ਨਹੀਂ, ਫਿਰ ਉਹਨਾਂ ਤੋਂ ਪੁੱਛ ਕੇ ਫਿਰ ਪਰਮਿਸ਼ਨ ਲੈ ਕੇ ਫਿਰ ਮੈਂ ਰਿਕਾਰਡ ਕਰ। ਅੱਛਾ, ਅੱਜ ਮੂਵੀ ਦੇਖਣ ਆਏ ਹੋ, ਸ਼ਰੀਕ 2 ਮੂਵੀ ਦੇਖੀ ਪੂਰੀ? ਪੂਰੀ ਦੇਖੀ, ਮੈਨੂੰ ਬੜੀ ਅੱਛੀ ਲੱਗੀ, ਸਾਰੇ ਸਿੰਗਰਸ ਦੀ, ਐਕਟਰਸ ਦੀ ਬਹੁਤ ਅੱਛੀ ਐਕਟਿੰਗ ਹੈ ਅਤੇ ਸਟੋਰੀ ਵੀ ਬਹੁਤ ਜ਼ਿਆਦਾ ਅੱਛੀ ਹੈ, ਮੈਨੂੰ ਬੜੀ ਅੱਛੀ ਲੱਗੀ ਮੂਵੀ। ਅੱਛਾ, ਸਭ ਤੋਂ ਜ਼ਿਆਦਾ ਵਧੀਆ ਐਕਟਿੰਗ ਕਿਹਦੀ ਲੱਗੀ ਅੱਜ ਮੂਵੀ? ਅੱਜ ਮੂਵੀ 'ਚ ਕਿਹਦੀ ਲੱਗੀ? ਸਾਰਿਆਂ ਨੇ ਇੰਨਾ ਸੋਹਣਾ ਕੀਤਾ ਸੀ, ਮੈਂ ਇੱਕ ਨੂੰ ਤਾਂ ਦੱਸ ਹੀ ਨਹੀਂ ਸਕਦੀ। ਕਿਸ਼ਤੁਕੇ, ਹੋਰ ਕਿਹੜੇ ਪ੍ਰੋਜੈਕਟ ਆ ਅੱਗੇ, ਜਿਹੜੇ ਕੰਮ ਕਿਹੜਾ ਕਿਹੜਾ ਆਉਣ ਵਾਲਾ ਤੁਹਾਡਾ? ਸ਼ੂਟਿੰਗ ਹੋ ਚੁੱਕੀ ਹੈ ਅਤੇ ਬਾਕੀ ਮੇਰੀਆਂ ਬੋਲੀਆਂ ਆਉਣਗੀਆਂ ਹੋਰ 2-3, ਅਤੇ ਸੌਂਗ ਵੀ ਮੈਂ ਕੋਈ ਰਿਕਾਰਡ ਛੇਤੀ ਕਰੂੰਗੀ ਅਤੇ ਉਹ ਵੀ ਆ ਜੂਗਾ ਮੇਰਾ। ਥੈਂਕ ਯੂ ਸੋ ਮਚ ਕਿਸ਼ਤੁਕੇ, ਇੱਦਾਂ ਹੀ ਚੰਗਾ ਚੰਗਾ ਕੰਮ। ਥੈਂਕ ਯੂ। ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 Wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।